ਸਤਿ ਸ਼੍ਰੀ ਅਕਾਲ ਚੈਨਲ ਸ਼ਬਦ ਹੁਲਾਰੇ ਵਿੱਚ ਤੁਹਾਡਾ ਸਵਾਗਤ ਹੈ ਪਿਆਰੇ ਬੱਚਿਓ ਅੱਜ ਅਸੀਂ ਕਰਦੇ ਹਾਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ ਸਭ ਤੋਂ ਪਹਿਲਾਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਕਿਰਿਆ ਦਾ ਸਮਾਂ ਸਥਾਨ ਟੰਗ ਅਤੇ ਤਰੀਕਾ ਆਦ ਦੱਸਣ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਕੱਲ ਪਰਸੋਂ ਸਵੇਰੇ ਸ਼ਾਮੀ ਹੌਲੀ ਤੇਜ਼ ਦੋਰਾ ਤੀਰਾ ਆਦ ਹੁਣ ਅਸੀਂ ਉਦਾਹਰਣ ਵੇਖਦੇ ਹਾਂ ਖਰਗੋਸ਼ ਤੇਜ਼ ਤੇਜ਼ ਦੌੜ ਰਿਹਾ ਹੈ ਪਸ਼ੂ ਹੌਲੀ ਹੌਲੀ ਚੱਲ ਰਿਹਾ ਹੈ ਇੱਥੇ ਅਸੀਂ ਵੇਖਿਆ ਹੈ ਕਿ ਤੇਜ਼ ਤੇਜ਼ ਅਤੇ ਹੌਲੀ ਹੌਲੀ ਸ਼ਬਦ ਵਿਸ਼ੇਸ਼ਣ ਹਨ ਕਿਉਂਕਿ ਇਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਹੇ ਹਨ ਕਿ ਕਿਰਿਆ ਕਿਸ ਢੰਗ ਨਾਲ ਹੋ ਰਹੀ ਹੈ ਹੁਣ ਅਸੀਂ ਦੇਖਦੇ ਹਾਂ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿਰਿਆ ਵਿਸ਼ੇਸ਼ਣ ਦੀਆਂ ਕੁੱਲ 8 ਕਿਸਮਾਂ ਹਨ ਪਹਿਲਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਅਗਲੀ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਅਤੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਸਭ ਤੋਂ ਪਹਿਲਾਂ ਕਰਦੇ ਹਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਅਜਿਹੇ ਸ਼ਬਦ ਜੋ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟਾਉਂਦੇ ਹੋਣ ਉਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਕੱਲ ਅੱਜ ਹੁਣੇ ਹਰ ਰੋਜ਼ ਰਾਤੋਂ ਰਾਤ ਆਦ ਉਦਾਹਰਣ ਦੇਖਦੇ ਹਾਂ ਮੈਂ ਅੱਜ ਸਕੂਲ ਨਹੀਂ ਜਾਵਾਂਗਾ ਅਗਲੀ ਉਦਾਹਰਣ ਹੈ ਮੈਂ ਹਰ ਰੋਜ਼ ਗੁਰਦੁਆਰੇ ਜਾਂਦਾ ਹਾਂ ਇਥੇ ਅੱਜ ਅਤੇ ਹਰ ਰੋਜ਼ ਸ਼ਬਦ ਕਾਲਵਾਚਕ ਕਿਰਿਆ ਵਿਸ਼ੇਸ਼ਣ ਹਨ। ਅਗਲਾ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਅਜਿਹੇ ਸ਼ਬਦ ਜਿੰਨਾ ਤੋਂ ਕਿਰਿਆ ਦੇ ਸਥਾਨ ਦਾ ਬੋਧ ਹੋਵੇ ਉਹ ਸ਼ਬਦ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਜਿਵੇਂ ਘਰ, ਬਾਜ਼ਾਰ, ਸਕੂਲ, ਮੰਦਰ, ਸਾਹਮਣੇ, ਪਿੱਛੇ ਆਦਿ। ਉਦਾਹਰਣ ਮਨੀਸ਼ ਬਾਜ਼ਾਰ ਗਿਆ ਹੈ। ਸੁਰਿੰਦਰ ਘਰ ਬੈਠਾ ਹੈ। ਇੱਥੇ ਬਾਜ਼ਾਰ ਅਤੇ ਘਰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹਨ। ਅਗਲਾ ਹੈ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ। ਅਜਿਹੇ ਸ਼ਬਦ ਜੋ ਕਿਰਿਆ ਦੀ ਗਿਣਤੀ ਮਿੰਤੀ ਦਾ ਬੋਧ ਕਰਾਉਂਦੇ ਹੋਣ ਉਹ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਜਰਾ ਕੁ, ਥੋੜਾ ਕੁ, ਬਹੁਤ ਰਤਾ ਆਦ। ਉਦਾਹਰਣ ਮੈਂ ਜਰਾ ਕੁ ਪਾਣੀ ਪੀ ਕੇ ਆਇਆ ਅਗਲੀ ਉਦਾਹਰਣ ਹੈ ਦੀਪ ਗੁਰਦੁਆਰੇ ਵਿੱਚ ਬਹੁਤ ਸੇਵਾ ਕਰਦਾ ਹੈ ਇੱਥੇ ਜਰਾ ਕੁ ਅਤੇ ਬਹੁਤ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਹਨ ਅਗਲਾ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਅਜਿਹੇ ਸ਼ਬਦ ਜੋ ਕਿਰਿਆ ਦੇ ਹੋਣ ਦੇ ਢੰਗ ਦਾ ਗਿਆਨ ਕਰਾਉਂਦੇ ਹਨ ਉਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਹੌਲੀ ਤੇਜ਼ ਉਸ ਤਰ੍ਹਾਂ ਇਸ ਤਰ੍ਹਾਂ ਆਦ ਉਦਾਹਰਣ ਹੈ ਗੱਡੀ ਹੌਲੀ ਚਲਾਓ ਅਗਲੀ ਉਦਾਹਰਣ ਹੈ ਛੇਤੀ ਛੇਤੀ ਚੱਲੋ ਇਥੇ ਹੌਲੀ ਅਤੇ ਛੇਤੀ ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹਨ ਅਗਲਾ ਹੈ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਅਜਿਹੇ ਸ਼ਬਦ ਜੋ ਕਿ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਬਾਰੇ ਦੱਸਦੇ ਹਨ ਉਨਾਂ ਨੂੰ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਕਿਉਂਕਿ ਤਦੇ ਤਾਂ ਹੀ ਇਸ ਕਰਕੇ ਆਦ ਉਦਾਹਰਣ ਹੈ ਮਿਹਨਤ ਕਰੋ ਤਾਂ ਕਿ ਸਫਲ ਹੋ ਜਾਓ ਉਹ ਗਾ ਨਹੀਂ ਸਕਦਾ ਕਿਉਂਕਿ ਉਸ ਦਾ ਗਲਾ ਖਰਾਬ ਹੈ ਇੱਥੇ ਤਾਂ ਕਿ ਅਤੇ ਕਿਉਂਕਿ ਸ਼ਬਦ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਹਨ ਅਗਲਾ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਹੇ ਸ਼ਬਦ ਜੋ ਕਿ ਕਿਰਿਆ ਦੀ ਗਿਣਤੀ ਅਤੇ ਵਾਰੀ ਆਦ ਬਾਰੇ ਦੱਸਦੇ ਹੋਣ ਉਹ ਸ਼ਬਦ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਕਈ ਵਾਰ ਕੜੀਮੁੜੀ ਦੁਬਾਰਾ ਇੱਕ ਇੱਕ ਆਦ ਉਦਾਹਰਣ ਹੈ ਸਾਰੇ ਦੋਸਤ ਇੱਕ ਇੱਕ ਕਰਕੇ ਚਲੇ ਗਏ ਮੈਨੂੰ ਕੜੀਮੁੜੀ ਤੰਗ ਨਾ ਕਰੋ ਇੱਥੇ ਇੱਕ ਇੱਕ ਅਤੇ ਕੜੀਮੁੜੀ ਸ਼ਬਦ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਆਏ ਹਨ ਅਗਲਾ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਅਜਿਹੇ ਸ਼ਬਦ ਜੋ ਕਿ ਕਿਰਿਆ ਦੇ ਕਾਰਜ ਬਾਰੇ ਵਿਸ਼ਵਾਸਪੂਰਵਕ ਦੱਸਦੇ ਹਨ ਉਹਨਾਂ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਬੇਸ਼ੱਕ ਬਿਲਕੁਲ ਜ਼ਰੂਰ ਆਦ ਉਦਾਹਰਣ ਹੈ ਮੈਂ ਜ਼ਰੂਰ ਪਾਸ ਹੋ ਜਾਵਾਂਗਾ ਅਗਲੀ ਉਦਾਹਰਣ ਹੈ ਬੇਸ਼ੱਕ ਮੈਨੂੰ ਤੈਰਨਾ ਆਉਂਦਾ ਹੈ ਇੱਥੇ ਜ਼ਰੂਰ ਅਤੇ ਬੇਸ਼ੱਕ ਸ਼ਬਦ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਹਨ ਅਗਲਾ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਅਜਿਹੇ ਸ਼ਬਦ ਜੋ ਕਿਰਿਆ ਦੇ ਹੋਣ ਜਾਂ ਨਾ ਹੋਣ ਬਾਰੇ ਨਿਸ਼ਚੇਪੂਰਵਕ ਦੱਸਦੇ ਹੋਣ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜੀ ਨਹੀਂ ਜੀ ਹਾਂ ਆਹੋ ਜੀ ਚੰਗਾ ਜੀ ਆਦ ਉਦਾਹਰਣ ਹੈ ਹਾਂ ਜੀ ਤੁਹਾਡਾ ਕੰਮ ਹੋ ਗਿਆ ਅਗਲਾ ਹੈ ਨਹੀਂ ਜੀ ਅਸੀਂ ਕਦੇ ਸ਼ਿਮਲੇ ਨਹੀਂ ਗਏ ਇਤੇ ਹਾਂ ਜੀ ਅਤੇ ਨਹੀਂ ਜੀ ਸ਼ਬਦ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ ਇਹ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ